ਆਸ ਪਹਾੜੀ ਚ ਬਣਾ ਸਾਂ ਠੀਕ ਆਸ ਨਹੀਂ ਜਿਹੜੀ ਕਸ਼ਮੀਰੀ ਪਹਾੜੀ ਜ਼ਬਾਨ ਹੀ ਨਾ ਉਸਾਈ ਚ ਬਣਾ ਸਾਂ ਉਸੇ ਬਣਾ ਸਾਂ ਤੇ शरबत जूस पिलाओ है रात ने इसल हो सर एक ना टेम समझो नहीं तो अस जा रहे इसल बर्गर किंग उपर पीने ड्रिंक इ'यै गल्ल उत्थै जाने ओह्दा दस्सने फिर अरसलान होरें केह्ड़ी ड्रिंक पसंद ही इसलै राती ने इक होने ना इक इक ना टाइम होने लै इ'यै गल्ल लोक सुत्ते ने तां इसलै असें जुड़ने आं कुत्थै राती ना एक होया ना ता जा रहे हैं बर्गर किंग पर समझो नहीं सड़क सुनसान ही पाई सर्दी है इसलै बहुत ज्यादा सर्दी है इसलै समझो नहीं ओ कोई दो त्रै बंदे ना कुड़ी मुंडा खोलो दसने से थोड़ा जूम करी तो वो दसने ने ये भी इला सुनसान रोड़ा पर फिर रहे ते असी भी जड़ा जा रहे हैं खैर पहुंच के ना रस्ते से नाल दसने और कड़ी कड़ी सीन कड़ी पतली गली हाँ लोगों ही दसन देना भाई पार का इसलिए एक बजे तक फिरने पे लोग अस अभी फिरने है पार्क है भाई यार लाइटा दिसनिया ने बच्चियों ना पार्क झूले शूले लगे ने इत्थे ते अच्छा जी अरसलान साहब मैं थोड़ा जहा खाने का असं इलाज बर्गर किंग पर हैं लेकिन यह है कि तैयारी शुरू भाई पाकिस्तान ही क्रिसमस कोई नहीं इतना दर क्रिसमस है ना जी क्या ख्याल है जी क्रिसमस बारे सुनो क्या ख्याल है जर्मनी भी होनी सी क्रिसमस जी हां उत्थे क्या माहौल होना सा उत्थे जी पूरे 6 महीने 7 महीने गलियां चें जी लाटा लाहरदे हां ते ट्रेनां च भी ट्राम च भी लाटा आ तो कोनो काफी दसा थोड़ा जा व्यू ए बाले होने लेकिन इन्होंने टेम आ हूँ एक बजे इन्होंने हिसाब न लोग सुते ने बंद की नहीं तो अस इसलिए निकले समझो नहीं है लोगों ने साइकिल खड़ोती नहीं कोई नहीं भाई चोरी करना शर्मा इतना समझो नहीं बाकी क्या चीज बाहर ही बाहर ही रहनी छतरी है बाहर ही रहनी बेहतरीन किस्म भाई निजाम है बर्गर किंग जड़ा ना है उत्थे बड़िया जबरदस्त चीजा लभनिया लेकिन यह है कि इसल अगर अस ड्रिंक पीते हैं लोग अस क्या बेवकूफ है पागल आखसन पुछो की है ओतो अस पागल आखसन भाई सर्दी है ये भी कोई पता नहीं असन चाहिए मतलब कोई खाई ही ना भाई माल्टे लगे ने कोई बंदा नहीं खाना माल्टे इत्थे इस सारे बूटे ही लगे ने वो लद्दे ने बूटे अच्छा ये भी कोई पता नहीं असलान साहब क्या जाने का सही है लेकिन क्या पता असं कुछ ना खाओ चलो चलने तकने जो कोई पसंद आया तो खासा ना आया ना खाने पाई चलो थोड़ी वाक हुई राती एक बजे दो त्रै एरिये ज्यादा जाने एक मरीना तो दूजा गड़ा जी त्रोचा त्रीया गड़े अलगे ए तको बंदा सुता ना बहार
ਇਹ ਪੁਰਤਗਾਲ ਨੇ ਭਾਈ ਲਾਤੇ ਨੇ ਯਾਰ ਦੇਖਾਂ ਇਹ ਸੁੱਤਾ ਨਾ ਬੰਦਾ ਬਾਹਰ ਬੇਗਾਰ ਉਗਾ ਭੈਣ ਜੋ ਲੋਕਾਂ ਹੀ ਘਰ ਹੀ ਕੋਈ ਨਹੀਂ ਲੋਕਾਂ ਨੂੰ ਭਾਈ ਇੱਥੇ ਘਰ ਹੀ ਕੋਈ ਨਹੀਂ ਆਪਾਂ ਫਿਰ ਚੰਗੇ ਹਾਂ ਘੱਲੇ ਘੱਲੇ ਕਮਰੇ ਲੇਟ ਰਹੇ ਹਾਂ ਇੱਥੇ ਠੰਡ ਹੀ ਸਰਦੀ ਇਤਨੀ ਹੈ ਹਿਸਾਬ ਨਹੀਂ ਕੀਤਾ ਜਾਂ ਤਾਂ ਚਾਹ ਪੀਤੀ ਅੰਡੇ ਖਾਧੇ ਮੈਨੂੰ ਤਾਂ ਕੋਈ ਨਹੀਂ ਅੱਡੀ ਠੰਡ ਵੀ ਲੱਗਦੀ ਮੈਂ ਤਾਂ ਉਹ ਲੇਟਿਆ ਨਾ ਭਾਈ ਬਾਹਰ ਤਾਂ ਸੁਣਾਓ ਫਿਰ ਹੋਰ ਬਸ ਹੋਰ ਕੀ ਕਹਿੰਦੇ ਹੋ ਪੁਰਤਗਾਲ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਰਾਤ ਹੀ ਨਿਕਲੇ ਹੋ ਜਰਮਨੀ ਦਾ ਇਸਲੇ ਉਤਸਾਹ ਵੀ ਬੰਦੇ ਸਿੱਖ ਰਹੇ ਨੇ ਹੋ ਗਿਆ ਨੇ ਆਹ ਤੋ ਕੋ ਹੁਣ ਸੋਨੇ ਸ਼ੋਨੇ ਆਹ ਪੁਰਤਗਾਲ ਹੈ ਭਾਈ ਬੂਟੇ ਲਾਏ ਨੇ ਬੜੇ ਬੜੇ ਬੂਟੇ ਲਾਏ ਨੇ ਥੱਲੇ ਸਪੋਟਾਂ ਖਲਾਈਆਂ ਨਹੀਂ ਨੇ ਬੂਟੇ ਬੜੇ ਬੜੇ ਬੂਟੇ ਫੁੱਲ ਹੋਏ ਨੇ ਲਾਏ ਨੇ ਖਜੂਰ ਨਾਲ ਬੂਟਾ ਲੇਕਿਨ ਇਹ ਕਿ ਉਹਨਾਂ ਛੋਟੇ ਪੌਦੇ ਨਹੀਂ ਲਾਏ ਬੜੇ ਬੜੇ ਬੂਟੇ ਲਾਏ ਨੇ ਤਾਂ ਖੈਰ ਇਹ ਹੁਣ ਤੁਸੀਂ ਦੋਸਤੋ ਇੱਕ ਚੀਜ਼ ਹੋਰ ਦੱਸਣੀ ਆ ਇੱਥੇ ਟਰੈਕਟਰ ਖਲਦਾ ਨਾ ਨਾ ਦਾ ਕੋਈ ਨਾ ਕਹਾਂ ਸਾਰੀ ਪੱਕੀ ਜਗ੍ਹਾ ਹੀ ਹੈ ਇੱਕ ਘੈਰਾਂ ਨੇ ਇਸਦਾ ਖਲਦਾ ਨਾ ਟਰੈਕਟਰ ਤਾਂ ਕੀ ਨੋ ਟਰੈਕਟਰ ਦਿਸਣਾ ਬਿਆਹ ਨਾ ਬਿਆਹ ਮੈਂ ਭੈਣ ਕੋਈ ਕੋਈ ਕਰ ਲਾ ਲਿਆ ਫਿਰ ਜੂਠਾਂ ਘਿੰਦਾ ਨਾ ਕਿਆ ਖਿਆਲ ਇਹ ਨਾਲ ਆ ਜੀ ਸਮੁੰਦਰ ਸਮੁੰਦਰਾਂ ਹੀ ਕਿਸ਼ਤੀਆਂ ਬੇੜੀਆਂ ਤੁਸਾਂ ਕਹਿ ਆਉਂਦੇ ਹੋ ਕਿਸ਼ਤੀ ਹਾਂ ਕਿਸ਼ਤੀ ਵੇਖੋ ਜੀ ਸਮਝੋ ਨਹੀਂ ਇਹ ਤਾਂ ਕੀ ਇਹ ਉਸ ਪਈ ਨਹੀਂ ਇਹ ਇਸ ਟਾਈਮ ਉਸ ਪਈ ਨਹੀਂ ਪਈ ਗੱਡੀਆਂ ਦੇ ਉੱਪਰ ਇਹ ਹੁਣ ਨਾ ਮਿਸਾਲ ਦੇ ਤੌਰ ਪਰ ਇਹ ਜਗ੍ਹਾ ਹੀ ਆ ਇਹਨਾਂ ਨੇ ਇੱਥੇ ਟਿਕਟ ਲੱਭਣੇ ਤੁਸੀਂ ਇੱਥੋਂ ਜਾ ਸਕਦੇ ਹੋ ਬਿਨਾਗਿਲ ਕੇਵ ਅੱਗੇ ਪਿੱਛੇ ਸਮਝੋ ਨਹੀਂ ਇਹ ਇੱਥੇ ਟਿਕਟ ਵੇਚਣੇ ਉਹ ਕਿਸ਼ਤੀਆਂ ਹੀ ਆ ਜੀ ਹੈ ਖਲੋਤੀਆਂ ਨਹੀਂ ਕਿਸ਼ਤੀਆਂ ਤੁਸਾਂ ਕਿਸ਼ਤੀਆਂ 'ਚ ਬਹਿ ਕੇ ਤਾਂ ਜਾ ਸਕਦੇ ਹੋ ਅੱਗੇ ਪਿੱਛੇ ਸਮੁੰਦਰ ਆ ਸਾਰਾ ਉਹ ਬਰਗਰ ਕਿੰਗ ਆ ਜਿਹੜਾ ਖੁੱਲ੍ਹਾ ਨਾ ਇਸਲੇ ਚੱਲਣੇ ਉੱਥੇ ਫਿਰ ਤੁਸੀਂ ਦੱਸ ਮੈਂ ਪਹੁੰਚ ਗਿਆ ਜੀ ਬਰਗਰ ਕਿੰਗ ਬਰਗਰ ਕਿੰਗ ਆ ਗਏ ਜੀ ਖਾਈ ਸਕਦੇ ਭਾਈ ਉਹ ਤਾਂ ਉਹਨੇ ਆ ਕੇ ਡਰਿੰਕ ਪੀਏ ਤਾਂ ਡਰਿੰਕ ਉਹਨਾਂ ਸਰਦੀ ਵਿੱਚ ਲਾਈ ਨਹੀਂ ਹੈ ਕੋਈ ਨਹੀਂ ਤਾਂ ਉਹ ਬਰਗਰ ਆਰਾਮ ਖਾਣ ਨਹੀਂ ਉਹਨੇ ਲਿਆਦਾ ਇਹ ਆ ਕੇ ਡਸਟਬੀਨ ਜਿਹਨੇ ਪਲਾਸਟਿਕ ਅਲੱਗ ਗੱਤਾ ਅਲੱਗ ਦੂਆ ਤਰੀਆ ਅਲੱਗ ਜਿਹੜਾ ਨਾ ਸੁੱਟ ਸਕਦੀ ਬਾਕੀ ਚੱਲੇ ਆ ਘਰ ਤੇ ਇਹ ਆ ਕਿ ਦੋਸਤਾਂ ਨਾਲ ਲੜਿਆ ਨਾ ਇਹ ਆਪਾਂ ਬਰਗਰ ਕਿੰਗ ਉੱਪਰ ਆਏ ਤਾਂ ਛੋਟਾ ਜਿਹਾ ਵਲੋਗ ਆ ਇਤਨਾ ਵੱਡਾ ਨਹੀਂ ਆਸਤਾ ਆਸਤਾ ਰੂਟੀਨ ਵੀ ਚਸ਼ਨੇ ਆ ਕਿ ਰੋਜ਼ ਵੀ ਰੋਜ਼ ਜਿਹੜਾ ਨਾ ਵਲੋਗਿੰਗ ਕਰਾਂ ਬੰਦਾ ਆਸਤਾ ਆਸਤਾ ਹੀ ਇਸ਼ ਨਾ ਲੇਕਿਨ ਇਹ ਆ ਕਿ ਆਪਣੇ ਚੱਲੇ ਆ ਘਰ ਇਹ ਮੈਂ ਅੱਜ ਤੁਸੀਂ ਦੱਸਾਂ ਜਿਹੜਾ ਥੋੜ੍ਹਾ ਜਿਹਾ ਰਾਤੀ ਹੈ ਇੱਕ ਟਾਈਮ ਆਇਆ ਲੱਗਿਆ ਪਾਰਕ ਤੁਸੀਂ ਇੱਕ ਦੱਸਣੇ ਥੋੜ੍ਹਾ ਜਿਹਾ ਫਿਰ ਇਹ ਕੰਮ ਕਰ ਰਹੇ ਕਿ ਇਨਸ਼ਾ ਅੱਲਾਹ ਅਗਲਾ ਵਲੋਗ ਜਿਹੜਾ ਅਸੀਂ ਉਹ ਤੁਸੀਂ ਦੱਸਾਂ ਸਹੀ ਕਰੀਏ ਬਿਲਡਿੰਗਾਂ ਤਾਂ ਬਹੁਤ ਵੱਡੀਆਂ ਹੀ ਆ ਹਾਂ ਜੀ ਬਹੁਤ ਅੱਛਾ ਅੱਛਾ ਬਿਲਕੁਲ ਅੱਛਾ ਦਿਲ ਬਣੇ ਆ ਹਾਂ ਦਿਲ ਤੇ ਆ ਰਿਹਾ ਬਿਲਕੁਲ ਇੱਕ ਮਿੰਟ ਇਹ ਹੈ ਕਿਆ ਬਾਤ ਹੈ ਅੱਛਾ
अच्छा क्रिसमस वाले दिन फोटो ले आ सकते हैं। अच्छा बिल्कुल ये भी पार्क का छोटा सा सूरत है। ये सामने बिल्डिंग है, लाइटिंग वाइटिंग। एक ये है, एक ये जो दिखाया, और ये शाम साहब ये किसके पास खड़े हैं? इस्तेमाल कर सकते हो जो कोई चोरी करके ला जाए खोल के पाई दौर जाए कल अगर उठिए सलाम साहब जल्दी तो फिर बुला के कोर बना ले सो फिर और पुर्तगाल ने बारे दसो डिस्क्रिप्शन में लिंक दई उठा।